ਘਟਨਾ ਕੀ ਹੋਈ? ਘਟਨਾ ਜੀ, ਰਾਤ ਨੂੰ 12 ਵਜੇ ਗੱਡੀ ਆਈ ਆ, ਇੱਧਰੋਂ 3 ਗੱਡੀਆਂ, 2 ਉੱਥੇ ਖਲੋ ਗਈਆਂ, ਬ੍ਰੇਕ ਮਾਰ ਕੇ ਉੱਧਰ ਚੱਲ ਗਈਆਂ, ਇੱਕ ਗੱਡੀ ਸਾਡੇ ਬਣ ਕੇ ਸਿੱਧੀ ਆ ਖੰਬੇ ਦੇ, ਖੰਬੇ ਦੇ ਵਿੱਚ ਵੱਜੀ ਆ, ਉਹ ਤੋਂ ਬਾਅਦ ਰੇੜੀ ਮੇਰੀ ਭੱਜ ਕੇ ਥੱਲੇ ਸੁੱਟ ਗਈ ਇਹਨਾਂ ਨੇ, ਬਾਅਦ 'ਚ ਗੱਡੀ ਇੱਧਰ ਨੂੰ ਪਲਟ ਗਈ ਆ, ਬਾਅਦ 'ਚ ਇਹਨਾਂ ਨੇ ਸਤੰਤਰਾਂ ਲੱਗੀਆਂ ਸੀ, ਬਾਅਦ 'ਚ ਮੁਲਾਜ਼ਮ ਕਿਤੇ ਆਏ ਆ ਕਰਨੈਲ ਸਿੰਘ ਅੱਗੋਂ ਅਗਲੇ, ਅਤੇ ਉਹਨੇ ਆ ਕੇ ਇਹਨਾਂ ਨੂੰ ਫੜ ਲਿਆ ਵਾ, ਅਤੇ ਇਹ ਬੰਦੇ ਨੇ ਗੱਡੀਆਂ ਕਰਦੀਆਂ, ਬੰਦੇ ਕਿੱਥੇ ਜਾਂਦੇ, ਬਾਅਦ 'ਚ ਇਹਨਾਂ ਨੇ ਆਰਸੀ ਲੈ ਲਈ ਆ ਮੁਲਾਜ਼ਮਾਂ ਨੇ ਉਹਨਾਂ ਕੋਲ, ਅਤੇ ਉਹ ਗੱਡੀ ਟਰੈਕਟਰ ਟਰੈਕਟਰ ਦੇ ਨਾਲ ਬਣ ਕੇ ਤਾਂ ਲੈ ਗਏ ਆ ਗੱਡੀ, ਮੈਨੂੰ ਇਹ ਨਹੀਂ ਸਮਝਿਆ ਵੀ ਕਹੀ ਕਿਉਂ ਆ ਗੱਡੀ ਘਰ ਵਾਲੇ ਲੈ ਗਏ ਕਿ ਪੁਲਿਸ ਮੁਲਾਜ਼ਮ? ਘਰ ਵਾਲਿਆਂ ਨੇ ਖੜੀਆਂ ਗੱਡੀਆਂ 'ਤੇ। ਤੁਹਾਨੂੰ ਪਤਾ ਪੁਲਿਸ ਵਾਲਿਆਂ ਦਾ ਕਹਿਣਾ ਕਿ ਤੁਹਾਡੀ ਸਹਿਮਤੀ ਨਾਲ ਗੱਡੀ ਭੇਜੀ ਆ? ਇੱਥੇ ਹੀ ਆ, ਨਹੀਂ ਮੈਂ ਤੇ ਆਇਆ 6 ਵਜੇ ਤੇ ਬਾਹਰ ਦਾ ਧੋਈ ਆ 12 ਵਜੇ। ਤੁਹਾਨੂੰ ਕੁਛ ਨਹੀਂ ਪਤਾ? ਤੁਹਾਨੂੰ ਨਹੀਂ ਪਤਾ ਮੈਂ 6 ਵਜੇ ਆਇਆ ਵਾ, ਮੈਨੂੰ ਵੀ ਫੋਨ ਕਿਹਾ ਤੇ ਮੈਂ ਕੀਤੀ ਆ, ਆ ਕੇ ਵੇਖੀ ਆ। ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਵੇਖ ਲਓ ਜੀ, 30-40 ਹਜ਼ਾਰ ਦਾ ਨੁਕਸਾਨ ਆਈ ਆ ਮੇਰਾ, ਕਰਕੇ ਹੁਣ ਵਿਹਲੇ ਵੀ ਹੋ ਕੇ ਬਹਿ ਗਏ ਆ, ਕੰਮ ਨਹੀਂ ਤੁਹਾਡਾ ਮਿਲ ਰਿਹਾ ਹੁਣ? ਹੁਣ ਮੈਂ ਵਿਹਲਾ ਬੈਠਾ ਨਾ ਸਵੇਰ ਦਾ ਹੀ, ਕਹਿੰਦੇ ਵੀ ਅੱਗੇ ਕਹਿੰਦੇ ਜੇ ਅਗਰ ਮੰਨ ਲਓ ਇੱਧਰੋਂ ਗੱਡੀ ਆਈ ਇੰਨੀ ਭੀੜ ਹੁੰਦੀ ਆ ਤੇ ਚਲੋ ਹੁਣ ਤਾਂ ਰੇੜੀ ਟੁੱਟੀ ਆ, ਕੋਈ ਗੱਲ ਨਹੀਂ, ਹਾਂਜੀ ਨੁਕਸਾਨ ਮੇਰਾ ਹੋ ਗਿਆ, ਮੈਂ ਵਿਹਲਾ ਹੋ ਗਿਆ, ਲੇਕਿਨ ਜੇ ਬੰਦੇ ਇੱਥੇ ਬੰਦੇ ਜੇ ਮਰ ਜਾਂਦੇ ਕੀ ਇਹ ਜ਼ਿੰਮੇਵਾਰ ਲੈ ਆਇਆ ਸੀ? ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ? ਜਾ ਰਹੇ ਨੇ ਉਹ ਕਹਿੰਦੇ ਵੀ ਆ ਜਿਹੜੇ ਗੱਡੀ ਇੰਨੀ ਤੇਜ਼ ਆਈ ਆ ਇੱਥੇ ਕੋਈ ਰੁਕਾਵਟ ਨਹੀਂ, ਕਿਉਂ ਨਹੀਂ ਛੇਲਦੇ ਦੁਕਾਨੇ ਨਹੀਂ ਆਏ ਕਿਤੇ ਨਹੀਂ ਆਏ, ਜਿਹੜੇ ਰੇੜੀ ਪਾਉਂਦੀ ਨੁਕਸਾਨ ਹੋ ਗਿਆ, ਵਿਹਲੇ ਹੋ ਗਏ, ਜੇ ਇੱਥੇ ਬੰਦੇ ਕਿੰਨੇ ਹੁੰਦੇ ਚੌਂਕ ਦੇ ਵਿੱਚ, ਇੰਨੀ ਤੇਜ਼ ਗੱਡੀ ਆਈ ਆ ਸ਼ਾਮ ਨਾਲ ਵੀ ਕਿਹੜੀ ਆ, ਤੇ ਜੇ ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ? ਚਲੋ ਹੁਣ ਤਾਂ ਰੇੜੀ ਭੱਜੀ ਆ, ਰਾਤੀ ਕੋਈ ਨਾ 12-12 ਵਜੇ ਦਾ ਨਾ ਅੱਗੋਂ ਦੀ ਸ਼ਰਾਬ ਕਿਸੇ ਨੇ ਪੀਤੀ ਵੀ ਸੀ, ਇੱਧਰੋਂ ਵੀ ਗਾਇਆ ਦਰਾਂਗ ਸਾਈਡ ਤੋਂ ਜਿਹੜੇ ਆਏ ਨਾ ਉਹਨਾਂ ਆ ਕੇ ਰਾਤ ਨੂੰ ਜਿਹੜੇ ਆਇਆ ਗੱਡੀ ਆਈ ਹੈ ਬੜੀ ਸਪੀਡ ਨਾਲ ਹੀ ਆਈ ਹੈ, ਜੇ ਸਿੱਧੀ ਗੱਲ ਆ ਇੱਧਰੋਂ ਆਇਆ ਦੁਕਾਨ ਦੇ ਅੰਦਰ ਵਿੱਚ ਆ ਕੇ ਮਾਰੀ ਆ, ਡੇਰੀ ਵੀ ਟੁੱਟੀ ਆ, ਖੰਭਾ ਵੀ ਟੁੱਟਿਆ, ਦਾ ਨਾਲ ਨੁਕਸਾਨ ਹੋਏਗਾ ਸਿੱਧੀ ਉਹਨਾਂ ਚਿਰ, ਪਰ ਉਹ ਰਾਤੀ ਫਿਰ ਪੁਲਿਸ ਆ ਕੇ ਜਦ ਗਾ ਪੁਲਿਸ ਦੇ ਹੁੰਦੇ ਸੁਣਦੇ ਵੀ ਇਹ ਕੰਮ ਪੁਲਿਸ ਨੂੰ ਪਤਾ ਅਤੇ ਸਭ ਤੋਂ ਪਤਾ ਤਾਂ ਗੱਡੀ ਫਿਰ ਚੁੱਕ ਕੇ ਤਾਂ ਕਿਤੇ ਪਹੁੰਚਾ ਸੀ ਨਹੀਂ ਉਹਨਾਂ ਨੇ ਮੌਜੂਦਾ ਸਿੱਖੀ ਤੁਸੀਂ ਵੀ ਜਾਣ ਨਾਲ ਇਕੱਠੇ ਖਰੀ ਗਏ ਉੱਥੇ ਜਾਣ ਦੇ ਮਾਰ ਪੁਲਿਸ ਨੇ ਚੁਕਾਤੀ ਹੈ, ਪੁਲਿਸ ਨੇ ਆਪ ਰਲ ਕੇ ਗੱਡੀ ਚਲਾ ਕੇ ਪਹੁੰਚਾਈ ਰੈਲੀ ਚੁਕਾ ਕੇ ਲੈ ਗਈ, ਗੱਡੀ ਠਾਣੇ ਨਹੀਂ ਖੜੀ ਇਹਨਾਂ ਨੇ, ਠਾਣੇ ਨਹੀਂ ਖੜੀ ਉਹ ਘਰ ਤੇ ਛੱਡੀ ਉਹਨਾਂ ਨੇ, ਪੁਲਿਸ ਨੂੰ ਪਤਾ ਵਾ ਕਿੱਥੇ ਗਈ ਆ, ਕਿੱਥੇ ਗਏ ਤੁਸੀਂ ਅਤੇ ਕਿਉਂ ਨਹੀਂ ਆਏ, ਕਿਉਂ ਬਰਾਮਦ ਕਰਦੇ ਤੁਸੀਂ ਗੱਡੀ, ਆਰਸੀ ਤੁਹਾਡੇ ਕੋਲ ਹੈ ਜੀ ਉਹ ਜਦੋਂ ਆਰਸੀ ਤਾਂ ਫਿਰ ਗੱਡੀ ਕਾਹਨੂੰ ਗਈ ਹੈ ਬਾਹਰ, ਗੱਡੀ ਫਿਰ ਇੱਥੇ ਹੋਣੀ ਚਾਹੀਦੀ, ਤੁਹਾਨੂੰ ਕਿਦਾਂ ਪਤਾ ਗੱਡੀ ਠਾਣੇ ਨਹੀਂ ਗਈ? ਨੁਕਸਾਨ ਕਿੰਨਾ ਕੁ ਹੋਇਆ ਇਹਨਾਂ ਦਾ? ਨੁਕਸਾਨ ਅਸੀਂ ਹੋਣਾ ਜੀ 35-40 ਹਜ਼ਾਰ ਦਾ ਲਾਭ ਨੁਕਸਾਨ ਆਈ, ਅਗਰ ਰੇਹੜੀ ਵੀ ਬਣਾਉਣ ਲੱਗੇ ਆ ਸਿਲੰਡਰ ਬਣਾ ਲਗੇ ਸੋਡੇ ਲਈ ਬਣਾ ਦੇ ਮੇਰਾ ਖਿਆਲ 40-45 ਹਜ਼ਾਰ ਦੇ ਤੇ 35-40 ਹਜ਼ਾਰ ਦਾ ਲਾ ਲਓ ਸਿੱਧੀ ਗੱਲ, ਰੁਜ਼ਗਾਰ ਇਹਨਾਂ ਦਾ ਇਹੀ ਇਹੀ ਕਮਾ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ? ਚੈਨ ਨੂੰ ਇਹ ਕਰਦੇ ਹਾਂ ਜਿਹੜਾ ਨੁਕਸਾਨ ਆ ਪੂਰਾ ਕੀਤਾ ਜੀ, 35 ਹਜ਼ਾਰ ਦਾ 40 ਹਜ਼ਾਰ ਦਾ ਜਿਹੜਾ ਨੁਕਸਾਨ ਨੁਕਸਾਨ ਪੂਰਾ ਕੀਤਾ ਜਾਂਦਾ, ਅਤੇ ਬਾਕੀ ਅੱਗੇ ਆਉਣ 'ਤੇ ਸਮੇਂ ਦੇ ਆਉਣ 'ਤੇ ਗੱਡੀ ਜਿਹੜੀ ਚਲਾਉਣੀ ਆ ਸੰਵਿਧਾਨ 'ਚ ਨਾ ਜਿੱਦਾਂ ਚੱਲਦੀ ਉੱਥੇ ਕਰੋ, ਤੁਹਾਨੂੰ ਐਨ ਤੁਹਾਨੂੰ ਦੁਨੀਆਂ ਦਿਨੇ ਆਓ ਅਤੇ ਦੁਨੀਆਂ ਨੂੰ ਮਰਵਾ ਕੇ ਧਾਨ ਜਾਓ, ਉਸ ਨੂੰ ਹਦਾਇਤ ਕੀਤੀ ਜਾਏ ਨਾਲ।